ਕਪੂਟਰ ਆ ਗਿਆ ਨਾ, ਇਹ ਮੈਂ ਤੁਹਾਨੂੰ ਤਾਂ ਦੱਸਿਆ ਵੀ ਕੋਈ ਵੀ ਮਰਜ਼ੀ ਭਰਾ ਵਰਤ ਸਕਦਾ ਵੀ ਆਪਣੀ ਤਸੱਲੀ 'ਤੇ ਵੀ। ਇਹ ਕੌਡੀ ਗਰੋ ਕਹਿ ਜਾਂਦੇ ਇਹਨੂੰ, ਕੌਡੀ ਗਲੋ ਕਹਿ ਜਾਂਦੇ ਇਹਨੂੰ। ਮਾੜਾ ਮੋਟਾ ਕੋਈ ਸਪੈਲਿੰਗ 'ਚ ਫਰਕ ਹੈ ਤਾਂ ਤੁਸੀਂ ਦੱਸ ਦਿਓ। ਕੌਡੀ ਗਲੋ ਕਹਿ ਜਾਂਦੇ ਇਹਨੂੰ। ਅਤੇ ਇਹਦੇ ਉੱਤੇ ਜਿਹੜੀ ਚੀਜ਼ ਤੂੰ ਲਿਖੀ ਵੀ ਆ, ਇਹ ਕੰਪਨੀ ਦਾ ਦਾਅਵਾ ਇੱਕ, ਇਹ ਤੁਸੀਂ ਲੀਟਰ ਦੇਖ ਲਓ ਚੰਗੀ ਤਰ੍ਹਾਂ ਨਾਲ, ਇਹ ਕੰਪਨੀ ਦਾ ਇੱਕ ਦਾਅਵਾ ਹੈ ਵੀ ਜੇ ਇਹ ਸਾਡਾ ਜਦੋਂ ਪ੍ਰੋਡਕਟ ਪਾਵੋਗੇ ਤੁਸੀਂ 1.5-2 ਕਿਲੋ ਦੁੱਧ ਆ ਜਿਹੜਾ ਅਪ ਹੋਣਾ ਜਿਹੜੇ ਨੇ ਅੱਜ ਤੱਕ ਵਰਤਿਆ, ਜਿਵੇਂ ਸਾਡੇ ਗਰੁੱਪ ਦੇ ਵਿੱਚ ਵੀ ਵਰਤਿਆ, ਠੀਕ ਆ। ਆਪਾਂ ਤੁਹਾਨੂੰ ਪਤਾ ਜਿਹੜੀ ਚੀਜ਼ ਵਰਤਦੇ ਆਪਾਂ ਉਹੀ ਲਿਆਉਂਦੇ, ਨਹੀਂ ਲਿਆਉਂਦੇ ਨਹੀਂ ਵੀ, ਇਹਦੇ ਵਿੱਚ ਇੱਕ ਫੈਟ, ਜਿਹੜੇ ਪਸ਼ੂ ਦੀ ਫੈਟ ਘੱਟ ਆਉਂਦੀ ਹੈ ਅਤੇ ਦੁੱਧ ਟੁੱਟ ਜਾਂਦਾ ਪਸ਼ੂ, ਉਹਦੇ ਵਾਸਤੇ ਆਏ। ਅਤੇ ਇਹ ਪਾਉਣ ਦੀ ਡੋਜ਼ ਸਿਰਫ 1 ਚਮਚਾ ਸੁਬਹਾ ਅਤੇ 1 ਚਮਚਾ ਸ਼ਾਮ ਨੂੰ, ਅਤੇ ਸਭ ਤੋਂ ਜ਼ਿਆਦਾ ਚੰਗਾ ਇਹਦਾ ਰਿਜ਼ਲਟ ਮਿਲਿਆ ਆਪਾਂ ਨੂੰ। ਅਤੇ ਦੂਜਾ ਡੱਬਾ ਤਾਂ ਹੁਣ ਖੋਲ੍ਹਣ ਆਇਆ ਸੀਗਾ, ਮੈਂ ਕਿਹਾ ਯਾਰ ਇਹ ਵੀ ਮੈਂ ਮਾੜਾ ਜਿਹਾ ਦੱਸ ਦਈਏ ਭਰਾਵਾਂ ਨੂੰ, ਹੁਣ ਸਾਰਿਆਂ ਨੇ ਜਾਣਾ ਜੂਣਾ ਹੁੰਦਾ ਵੀ ਕੰਮ ਠੀਕ ਹੈ ਸੈੱਟ ਹੋ ਜੂ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ? ਕੈਮ ਅਸੀਂ ਤਾਂ ਡਿੱਗ ਪਿਆ ਜੀ ਫੋਨ, ਅਤੇ ਹੁਣ ਕੱਢਤੇ ਚੋਬਰ ਬਾਹਰ ਅਤੇ ਧੁੱਪ ਆਈ ਜਾਂਦੀ ਹੈ। ਉਹ ਨਾਲੇ ਇੱਕ ਅੱਧਾ ਨਾ ਵੱਡਾ ਬੱਠਲ ਵੀ ਪਾ ਕੇ, ਅਤੇ ਜੇ ਉਹ ਬਾਅਦ 'ਚ ਰਾਜੂ ਉਰਲੇ ਪਾਸੇ ਵੱਡੇ ਬੱਠਲ 'ਚ ਪਾ ਦਿਉ। ਇਹਦੇ 'ਚ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ, ਜਿਹੜੇ ਤਾਂ ਤਗੜੇ ਕੱਟਰੂ ਹੈ ਇਹ ਤਾਂ ਹੁਣ ਤਗੜੇ ਵੱਧ ਹੋਣ ਲੱਗ ਗਏ, ਠੀਕ ਆ। ਦੇਖ ਹੁਣ ਕੱਟੀ ਦੇ ਐਂਗੜੇ ਵਰਗੀ ਹੋਈ ਫਿਰਦੀ ਦੇਖ, ਜਿਹੜੇ ਕੱਟਰੂ ਥੋੜ੍ਹੇ ਜਿਹੇ ਵੱਡੇ ਸੀ ਉਹਦਾ ਤਗੜੇ ਵੱਧ ਹੋ ਗਏ, ਜਿਹੜੇ ਥੋੜ੍ਹੇ ਜਿਹੇ ਛੋਟੇ ਆ ਉਹ ਥੋੜ੍ਹੇ ਜਿਹੇ ਛੋਟੇ ਆ। ਕਹਿਣ ਦਾ ਭਾਵ ਕਿ ਰਾਜੂ ਇਹ ਖੁਰਾਕ ਮਤਲਬ ਜਿਹੜੀ ਜ਼ਿਆਦਾ ਹੈ ਨਾ, ਹੁਣ ਜਿਵੇਂ ਆਪਾਂ ਖੋਲ੍ਹਣੀ ਜੇ ਆਪਾਂ ਪਾਤੀ 5-7 ਕਿਲੋ ਪਾਤੀ ਹੈ ਨਾ, ਕਿਉਂਕਿ ਇਹ ਜਿਹੜੇ ਵੱਡੇ ਕੱਟਰੂ ਆ ਇਹ ਅਗਾਸ ਦੇਣਗੇ ਹੁਣ, ਅਤੇ ਥੱਲੇ ਵਾਲੀ ਜਿਹੜੀ ਭੋਰ ਚੋਰ ਵਾਲੀ ਖੁਰਾਕ ਰਹੇਗੀ ਉਹ ਛੋਟਿਆਂ ਕੋਲ ਰਹਿ ਜੂ। ਆਹ ਫਿਰ ਤਾਂ ਲੰਮੋ ਵਾਲਾ ਕੱਟਾ ਬਹੁਤ, ਹੁਣ ਤਾਂ ਥੋੜ੍ਹਾ ਦੁੱਧ ਬੰਦ ਹੋਇਆ ਨਾ, ਇਹਦਾ ਕਰਕੇ ਲਿੱਸਾ ਹੋ ਗਿਆ, ਬਹੁਤ ਜ਼ਿਆਦਾ ਬੇਲ ਬੂਲਾ ਦੇ ਆਹ ਖੜਾ ਕੰਨ ਚੱਕੇ ਇੱਧਰਲੀ ਸਾਈਡ 'ਤੇ ਆਹ ਖੜਾ, ਉਹਦੀ ਚੋਲੀ ਦੇਖੋ, ਉਹਦੀ ਚੋਲੀ ਦੇਖੋ, ਕੱਟੀ ਦੀ ਦੇਖੋ ਬਹੁਤ ਸੋਹਣਾ। ਇਹਦੀ ਵਿਚਾਰੇ ਦੀ, ਇਹਦੀ ਵੀ ਮੁਸੀਬਤਾਂ ਦੀ ਜਾ ਰਹੀ ਆ, ਵਿਚਾਰੇ ਦਾ ਕੋਈ ਨਾ ਕੋਈ ਸੱਟ ਪੇਟੇ 'ਤੇ ਵੱਜੀ ਰਹਿੰਦੀ ਹੈ ਆਹ ਲੰਮੂ ਵਾਲੇ ਕੱਟੇ ਦੇ। ਪਹਿਲਾਂ ਤੂੰ ਹੁਣ ਤੂੰ ਨਹੀਂ ਸੋਚ ਗਈ ਸੀ ਇਹਦੀ, ਅਤੇ ਬੇਲ ਬੂਲ ਬਹੁਤ ਚੰਗੇ ਬਈ, ਬੜਾ ਜ਼ਿਆਦਾ ਚੰਗਾ ਕੱਟਾ, ਬਹੁਤ ਸੋਹਣਾ ਕੱਟਾ ਉਹਨੂੰ। ਇਹ ਸੀਗਾ ਜੀ, ਮੈਂ ਚੱਲ ਦਿਖਾ ਦਈਏ ਕੋੜੀ ਬਛੇਰੀ ਵੀ ਕੱਟਤੀ ਬਾਹਰ, ਅਤੇ ਰੇਤਾ ਰੂਤਾ ਪਾਇਆ ਵਾ, ਅਤੇ ਮੈਂ ਅੱਜ ਤੜਕੇ ਵਾਲੀ ਤੁਹਾਨੂੰ ਵੀਡੀਓ ਦਿਖਾਈਏ। ਅਤੇ ਸਾਫ਼ ਸੁਥਰੇ ਥਾਂ ਜਿਹਦਾ ਬੱਚੇ ਆਪਾਂ ਨੂੰ ਲੱਗਦੇ ਹੁੰਦੇ ਬਹੁਤ ਵਧੀਆ, ਅਤੇ ਅਰੇ ਜਦੋਂ ਤਾਂ ਸਾਫ਼ ਸੂਫ ਹੁੰਦਾ ਉਹ ਤਾਂ ਆਪਾਂ ਕਹਿ ਦਿੰਦੇ ਵੀ ਵਧੀਆ ਸੈਟਮ ਹੈ ਨਾ, ਤਾਂ ਕਿਉਂਕਿ ਤੜਕੇ ਦਾ ਵੇਲਾ ਹੁੰਦਾ, ਤੜਕੇ ਦਾ ਵੇਲਾ ਤਾਂ ਇਹ ਹੁੰਦਾ ਅੰਦਰ, ਕਿਉਂਕਿ ਪਹਿਲਾਂ ਕੱਢ ਨਹੀਂ ਸਕਦੇ ਠੰਡ ਵਾਲੀ ਹੁੰਦੀ ਹੈ, ਹੁਣ ਮਾ ਨਹਾਈ ਜਾਣਗੀਆਂ, ਕਾਕੋ ਖਾਧੇ ਵੇ ਹੋਣਗੇ, ਹੁਣ ਨਹਾਈ ਜਾਣਗੀਆਂ ਤਾਂ ਉਹ ਕਰੀ ਜਾਣਗੀਆਂ, ਬਾਕੀ ਕੱਖਾਂ 'ਚ ਥੋੜ੍ਹੇ ਜਿਹੇ ਲੇਟ ਹੋ ਗਏ ਕੁਦਰਤ ਕਰੂੰਗਾ ਜੀ। ਅਤੇ ਹੁਣ ਕੱਲ੍ਹ ਨੂੰ ਕੱਖਾਂ ਵਾਲਾ ਵੀ ਸਟੈਪ ਬਦਲਿਆ ਇਹਨਾਂ ਨੂੰ, ਮੈਂ ਕਿਹਾ ਹੁਣ ਧਾਰਾਂ ਨਹੀਂ, ਪਹਿਲਾਂ ਸਾਡੇ ਸਾਰੇ ਪਸ਼ੂ ਧਾਰਾਂ 'ਤੇ ਲਾਏਗਾ, ਹੁਣ ਤਾਂ ਐਵੇਂ ਨਹੀਂ ਕੁਛ ਵੀ ਧਾਰਾਂ ਕੱਢੀ ਦੀ 8 ਵਜੇ ਕੱਖ ਪਾ ਦੇਈ ਦੀ ਆ, 8 ਵਜੇ ਨੂੰ ਧਾਰਾਂ ਦਾ ਕੰਮ ਕਲੀਅਰ ਰਹਿੰਦਾ, ਅਤੇ ਇਵੇਂ ਜੇ ਘਰੀ ਸ਼ਾਮ ਨੂੰ ਸੰਨੀ ਤੋਂ ਬਾਅਦ ਧਾਰਾਂ ਕੱਢ ਲਈ ਦੀਆਂ, ਤਾਂ ਉਹ ਮੈਂ ਦਿਖਾਉਂਦਾ ਸੀਗਾ, ਮੈਂ ਕਿਹਾ ਦੇਖੋ ਥਾਂ ਥੂੰ ਵਾਲਾ ਸਾਰਾ ਸਿਸਟਮ। ਹਾਂ ਤੋਏ ਉਹ ਨਾਲੇ ਇਹਦੇ ਉੱਤੇ ਕੱਪੜਾ ਬੰਨਣਾ, ਇਹਦੇ ਉੱਤੇ ਬਾਹਰ 'ਚ ਤੁਸੀਂ ਚੱਕ ਦਿੰਦੇ, ਇਹਦੇ ਉੱਤੇ ਕੱਪੜਾ ਪਾਈ ਬਣ ਕੇ ਲਾਈ ਵੀ ਬਣਦਾ ਕਰੋ ਰਾਜੂ, ਚੰਗਾ ਇਹ ਥੋੜ੍ਹਾ ਜਿਹਾ ਛੋਟਾ ਨਾ, ਅਤੇ ਹੁਣ ਇਹਨੇ ਧੁੜਥੜੀ ਲਿੱਤੀ ਸੀ ਪਾਲਾ, ਮੈਂ ਇੱਕਦਮ ਅੰਦਰ ਆਇਆ, ਐਵੇਂ ਲੱਗਦਾ ਕੋਰਾ ਦੇਖ ਕੱਲ੍ਹ ਕਿੰਨਾ ਗੱਡੀ 'ਤੇ ਜੰਮਿਆ ਵਾਹੀ ਬਰਫ਼, ਦੇਖੀ ਜੀ ਤੂੰ ਕੱਲ੍ਹ ਗੱਡੀ 'ਤੇ ਆਪਣੀ 'ਤੇ, ਪਹਿਲੀ ਵਾਰ ਹੋਇਆ ਕੋਰਾ ਇੰਨਾ ਵੀ ਗੱਡੀ 'ਤੇ ਆਪਣੇ ਘਰ ਖੜੀ ਦੇ ਕੇ 1 ਇੰਚ ਬਰਫ਼ ਪੈ ਜੇ ਹੈ ਨਾ, ਅਤੇ ਨਾਲੇ ਵੀਡੀਓ ਤਾਂ ਹੀ ਉਹਦੀ ਬਣਾਈ ਸੀ, ਅਤੇ ਇਹਦੇ ਉੱਤੇ ਬੰਨ ਲਿਆ ਕਰ। ਹਾਂ ਵੀ ਇਹ ਤਾਂ ਨਾਮ ਹਜੇ ਆਪਾਂ ਚੋਬਰ ਦਾ ਹਜੇ ਰੱਖਣਾ, ਹਾਂ ਚੱਲੀ ਇਹਦੀ ਰੀਅਲ ਸਿਸਟਰ, ਉਹਦੀ ਅੱਖ ਬਿੱਲੀ ਹੈ ਮਗਰਲੇ ਦੇ ਪੈਰ, ਉਹ ਦੇਖਿਆ ਤੁਸੀਂ ਭੱਜੀ ਜਾਂਦੀ ਹੈ ਮਗਰਲੇ, ਖੁਰ ਵੀ ਚਿੱਟੇ, ਅੱਖ ਬਿੱਲੀ ਹੈ ਉਹਦੀ, ਪੂਛ ਥੋੜ੍ਹੀ ਚਿੱਟੀ, ਮੱਥਾ ਚਿੱਟਾ, ਅੱਖ ਬਿੱਲੀ, ਇਹਦੀ ਜਮ੍ਹਾਂ ਸਕੀ ਭੈਣ ਆ ਇਹ, ਇੱਕ ਪਿਓ ਦੇ ਇਹ ਮਾਮਾ ਅਲੱਗ ਅਲੱਗ ਹੈ, ਪਰ ਜਿਹੜੀ ਉਹ ਕੱਟੀ ਗਈ ਆ ਉਹ ਦੁੱਧ ਦੂਣਾ ਦਾ ਚੁੰਘਦੀ ਹੈ, ਉਹਦੀ ਮਾਂ ਉਹ ਖੜੀ ਆ, ਪਹਿਲਾਂ ਇਹਦਾ ਚੁੰਘੂਗੀ ਫਿਰ ਆਪਦੀ ਮਾਂ ਦਾ ਚੁੰਘਦੀ ਆ ਉਹ। ਇਹ ਸੀਗਾ ਜੀ ਗੁਰਪ੍ਰੀਤ ਵਾਲਾ ਕੱਟਾ, ਹਾਂ ਥੋੜ੍ਹੇ ਜਿਹੇ ਅੰਦਰ ਕਰਕੇ ਨਾ ਕੱਟੇ, ਕੱਦ ਕੁੱਦ ਤਾਂ ਬਹੁਤ ਚੱਕੇ ਪਏ, ਥੋੜ੍ਹੇ ਜਿਹੇ ਲਿੱਸੇ ਲੱਗਦੇ ਆ, ਪਰ ਊਂ ਲਿੱਸੇ ਵੀ ਨਹੀਂ ਵਾਲੇ, ਕਿਉਂਕਿ ਕੱਟਣ ਜਦੋਂ ਦੁੱਧ ਤੋਂ ਬੰਦ ਹੁੰਦੇ ਨਾ ਥੋੜ੍ਹੀ ਜਿਹੀ ਖੁਰਾਕ ਖੁਰੂ ਘੱਟ ਖਾਂਦੇ ਉਦੋਂ ਥੋੜ੍ਹਾ ਜਿਹਾ ਬਹੁਤਾ ਲਿੱਸਾ ਹੋ ਜਾਂਦੇ ਆ। ਇਹ ਜਿਹੜਾ ਗੁਰਪ੍ਰੀਤ ਨੇ ਲਿਜਾਣਾ ਕੱਟਾ ਉਹ ਸੀਗਾ, ਅਤੇ ਇਹਦੇ ਭਰਾਵਾ ਕੰਮਾਂ ਕੁੰਮਾਂ 'ਚ ਅਜੇ ਤਾਂ ਸਿੰਘ ਸੁੰਘ ਦਿਖਾਉਣੀ ਭੁੱਲ ਗਏ, ਤਾਂ ਜਿਹੜੀ ਫੀਮੇਲ ਆ ਇਹ ਹੋ ਗਈ, ਉਹ 4-5 ਮਹੀਨਿਆਂ ਦੀ ਮੇਰੇ ਹਿਸਾਬ ਨਾਲ 6 ਮਹੀਨਿਆਂ ਦੀ ਵੀ ਹੋ ਸਕਦੀ ਆ, ਪਰ ਫੀਡ ਫੂਡ ਤਾਂ ਵਧੀਆ ਖਾਂਦੀ ਹੈ। ਇਹ ਆ ਗਈ ਡਕੈਂਤ ਵਾਲੀ, ਡਕੈਂਤ ਪਤਾ ਨਹੀਂ ਡਕੈਂਤ ਹੈ ਨਾ ਐਂ ਕਹਿੰਦੇ ਹੁੰਦੇ ਆ, ਇਹ ਉਹਨਾਂ ਕੋਲ ਆ ਵਰਿੰਦਰ ਕੋਲ ਲਾਸਮ ਡੈਰੀ ਫਾਰਮ ਵਾਲੇ ਕੋਲ, ਉਹਦੀ ਕੱਟੀ ਹੈ ਸਭ ਤੋਂ ਪਹਿਲਾਂ ਸੀਮਣੇ ਇਹ ਆਪਣੇ ਫਾਰਮ 'ਤੇ ਲੱਗਿਆ ਸੀਗਾ, ਜਦੋਂ ਪਹਿਲੀ ਕਲੈਕਸ਼ਨ ਲਿੱਤੀ ਹੈ ਅਤੇ ਉਹਦੀ ਕੱਟੀ ਦੇਖੋ, ਛੋਟੀ ਨਾਗਣੀ ਦੀ ਹੈ, ਛੋਟੀ ਨਾਗਣੀ ਦੀ, ਛੋਟੀ ਨਾਗਣੀ 2-3 ਦਿਨ ਹੋ ਗਏ ਬੰਬੋ, ਬੁਖਾਰ ਚੜ੍ਹੀ ਜਾਂਦਾ ਥੋੜ੍ਹੀ ਜਿਹੀ ਪ੍ਰੋਬਲਮ ਜੀ ਆ ਗਈ ਸੀਗੀ, ਹੁਣ ਤਾਂ ਛੱਟ ਹੈ, ਅਤੇ ਬੁਖਾਰ ਪਤਾ ਨਹੀਂ ਕਰ ਦੇਣਾ ਚੜ੍ਹ ਲੱਗੇ, ਖਾ ਹੀ ਨਹੀਂ ਰਹੀ ਖੁਸ਼ ਹੋ ਗਏ, ਅੱਜ ਮੈਂ ਤੁਹਾਨੂੰ ਦਿਖਾ ਦਿੰਦਾ, ਚੱਲ ਦੂਜਿਆਂ ਤੋਂ ਹਰਾ ਹਰਾ ਦੂਰੀ ਭਰ ਪਿਆ ਪਿਆ ਦੇ, ਆ ਭਿਉਂ ਕੇ ਪਾਇਆ ਵਾ ਦੇ, ਅਤੇ ਮੈਂ ਇਹਦੇ ਮੂੰਹ ਮਾਰ ਲਿਆ ਬਸ, ਜਮਾਂ ਐਂ ਨਹੀਂ ਵੀ ਐਂ ਦੰਦਗਾਂ ਵੱਢ ਲੂੰਗੀ ਬਸ, ਮੈਂ ਤਾਂ ਬਸ ਜਿਵੇਂ ਮੂੰਹ ਜਿਹਾ ਮਾਰ ਲਿਆ,
ठीक है। इन्हों तो खुराक भी कल बदली, कल गट्टा खंडे का भी मैं मंगाया, मैं यार बीमार है यार उस हिसाब न खा लूगी है ना, पर नहीं अरे इन्हों का जोड़ा ऊ दाणा दूना बाजा का रुक सुा पाने उन्होंने ज हरार लाया मैं हूँ अगले 10-5 मिनट च खा जाएगा इतने वो नाले इधर नूं करके जाया करो जो इधर हो जाता है थोड़ा जहा पानी का हिसाब थोड़ा जहा पाया करो पानी वादा हो खुश हो गया साली खाँदी नहीं है ना। चल कोई ना हूँ तो भुख की दवाई दुई कल टीके भी कल भी टीके लवाई थे परसों भी 2 दिन का बुखार की लगी गई दवाई है कल खा गई हाथ नाल ठीक है नहीं यार कल हाँ परसों तो मैं जाके पाया दूजिया है ना हूँ आदि ना इन्हों की गैप ना थोड़ा माड़ा ढिलियां हटियां पाई सैकटरी वाली मूहे टैट कर देता सैकटरी वालू यह मूँह मारती है सैकटरी वाली मूहे सैकटरी वाली आपका दाना सड़ी बैठी है ये स्वाद के उत्ते ये चक्की तुरी जाती है इनू भी टैट कर दे उन्होंने भी टैट कर दे यी जी बिलो अपनी तो यह भी 11-12 तरीक की सूई भी है तो बेड़ूआ देखी होगी सारे भरावान यदि तो 20 दिन इनू हो जाएंगे बस थोड़े दिन इन 2 तरीक 20 दिन हो गए बई 2 तरीक 3 तरीक लगनी है चवाई 21 महीने जितने सूई नहीं होगी यदि चवाई लग जूगी फिर देखते हैं तो क्योंकि आए हैं बाकी यार परमात्मा पता होंगे कि है ना पशु बीमार ठमार सौ कुछ हो जाता होंगे ये ना कोई माण हों ना कोई ये हंकार हों बस ये तो बस परमात्मा सिर पर मेर पर हथ रखे ये भी गां गबन करवाती जी कई हूँ गबन हो गई इन्हों समझ नहीं आई भी दाना भी नाला भी इन्हें ऐ क्यों किया ये मज हार के फिर मैं बेचती नहीं है रुकी क्योंकि भला नहीं आया ज्यादा दुध देने वाली सी बड़ी सी लिस्से होने का कारण समझो बहर होया वैसे है ना खुश होकर खाती सी लिवर लूवर टोंक दे जाने जमें 3 किलो दाना पाने 1.5 किलो खा जाती है 1.5 किलो अद्धा जाने की पिया हों खोलनी कि खा जाती है फिर अद्धा जाके कटकों कुटकों मार दे तो हूँ बद खाती नहीं कोई हालत है नहीं है ना लिवर टोंक होम्योपैथिक हूँ दे जाने तो थोड़े जिना सियालों करके थोड़े जे खुश हो गए तो हूँ किसी भरा दे करते हैं गलबात उन्होंने फार्म के सद जी कटिंग वाले हो तो उन्होंने सारे का करते उन्होंने कहते हैं कटिंग कर दे यार उदू बाद उ मशीन मशीन क्योंकि मैं मशीन लिया मशीन एक चीज़ होर भी है मेरे को जिंदगी मैं जोड़ा भी संद लिया मेरे को आपके को खराब ना होगा छोटिया मशीन सड़िया नांगा को दाड़ी कट्ट वाली वो मशीन से जो यार दोस्तों देनिया पैदा मजबूरी वो यार दोस्त समझो पहले चलानी नहीं आती होंगी चलाने का हिसाब ही होंगे ना वो कुछ ना कुछ हो जाता जिमें वीड्डी मशीन लै गया कोई हो गया हूँ वीड्डी मशीन भी लिया से वो भी खराब हो गए तो कहने का भाव भी हूँ आप वधिया सिस्टम लिया के ना हूँ वो वगू हूँ यार सुनी तो जाते हो पर इतनी दस देनी भी असं मशीन लिया है नहीं मजाक नहीं एक चौड़ की गल चौड़ा वो आए ना मैं कहते इन रह नहीं दिता जिम्मे मान ला 5-7 एक दिन मुनिया जाएगा 4-5 दिन मुन आता है तुरै पता 2-4 घंटे पर जो संत संगेड़ा खड़ जाए मशीन मशून टुट जाए प्या हजे सारा थान थूं अजे तो पिया ये आप जो बनाने ना वीडियो वो सोहना लगता हूँ क्योंकि उदू पहले तो धारा का कम ने बड़ा कखा का मैं बड़ा फौड़े मार दें मगर कर देने उदू बाद फिर कर दें हजे तो धोने हैं चकना सारा सैटम बाद बनूंगा खड़ जा आपका स्वाद नहीं लगते वे हरे खाई जाने तो आपके सारे सड़ी बैठी मुड़ के चक तू थोड़े जे ये चक दे फिर जिन्हें कह खाऊगी तू ये खा ला होर टाइट कर दिया करो यार ऊ ना करे करो कल कखा वाली हूँ ये चोटियाँ के उत्ते छोटी नागनी है जी यह 2 साल तो पहले ही गबन हो गई से चेक करवाई हुई है हूँ इतों बाद चेक ये करवानी है तो हूँ इन्होंने हजे हीट कढ़ी नहीं ये भी देखते हैं आ बाल जो ढूही तो पटते वो नाल दूजी कट्टी के नाल खड़ी होंगी सी बड़े बाल पटती सी ढूही तो फिर हार के नालों बन्नों हटाती और ढूही कोनी की पई से ये खड़ी है जी तरना अट वाली अलग ही है ये यदि बॉडी देखो ना आप तो और देखो जी शरीर किन्ना गोल आ चढ़ाई किन्नी है शरीर की है ना अखा बिलियाँ जाने कि जवाब फुल थले गामछियां चा मूर थोड़े जे तो मत्था चट्टा तो 2 रिजल्ट 1 माह तो लेते हैं काली मझ तो ही लेते हैं जमा काली मझ जमा काली एटू जेट एक बाल भी नहीं चट्टा पहला एक स्क्वीट आंटे को बुल हों चैंपियन बुल गंगा वो तो सूई से वो कट्टी मैं इतों मैं बेचती से भी बहुत नजायज सनखी बनी उदू बाद तरनाट अपने को आ गया तरनाट तो सूपी उदू बाद पारस तो छोटे होंगे सीमेंट महंगे जाने वो लवाती पारस तो सूपी दुबारे फेरा पारस जाने तो पहले उन्होंने पारस तो फिर लवाता से मैं यार आप हूँ अपने को 1.5 साल की कट्टी गबन हो जाती 1.5 साल से अपन नाले पता लगता रहा भी कि चीज़ किमें है क्योंकि बर्थनी तो सारे भरावान ने होंगी है ये आ गई लम्मो रास्तान वाली उन्होंने बड़ी पूछ वाली कह देंगे भाई ये
ਅਤੇ ਅਸੀਂ ਘਰ ਦੇ ਘੋੜ ਸਮੀਰ ਵਾਲੀ ਕਹਿੰਦੇ ਘੋੜ ਸਮੀਰ ਤੋਂ ਆਈ ਸੀ ਨਾ ਇਹ ਪਹਿਲਾਂ ਮੈਂ ਅਗਲੀ ਵਾਰ ਵੀ ਇੱਥੇ ਵੀ ਬਾਹਲੀ ਦਾਬ ਜੀ ਨੂੰ ਰੱਖੀ ਆ ਇੱਥੇ ਨਾ ਪਹਿਲਾਂ ਛੱਡਾਂਗੇ ਥੋੜ੍ਹਾ ਜਿਹੜਾ ਕਮਜ਼ੋਰ ਪਸ਼ੂ ਹੈ ਨਾ ਵੱਧ ਖਾਰ ਮੰਨਦਾ 20-25 ਦਿਨ ਪਹਿਲਾਂ ਬਸ ਚੱਲਦ ਚੱਲਦ ਚੱਲ ਚੱਲਦ ਲਓ ਜੀ ਇਹ ਸੀਗਾ ਜੀ ਆਪਣਾ ਛੋਟਾ ਜਿਹਾ ਫਾਰਮ ਹੋਰ ਇਹਨੂੰ ਕਹਿ ਰਾਜ ਨੂੰ ਕਹਦੇ ਜਿਵੇਂ ਨਾ ਉਹ ਕੱਟੀ ਕੋਈ ਵੀ ਬਣਦਾ ਹੁੰਦਾ ਨਾ ਝੋਟੀ ਇੰਨੀ ਚੰਗੀ ਖੋਲਣੀ ਆ ਉਹ ਤਾਂ ਸੌਂਕਾ ਦੀ ਆਪਦੀ ਆਪਦੀ ਖੋਲਣੀ ਦਿਖਾ ਕੇ ਨਾ ਤਾਂ ਹੋਣੀ ਨਹੀਂ ਰਵੇ ਉਵੇਂ ਬੰਨਿਆ ਕਰੋ ਮੁੜ ਕੇ ਔਖਾ ਹੋ ਜਾਂਦਾ ਯਾਰ ਇੱਧਰਲੇ ਪਾਸੇ ਵੀ ਇੱਧਰਲੇ ਪਾਸੇ ਥੋੜ੍ਹਾ ਜਿਹਾ ਵੱਧ ਪਾਣੀ ਪੂਣੀ ਖੜ ਜਾਂਦਾ ਉਂ ਤਾਂ ਥੋੜ੍ਹਾ ਥੋੜ੍ਹਾ ਮਾਰ ਦਿੰਦੇ ਤਾਂ ਦੇਖ ਸਕਦੇ ਹਾਂ ਹੋਕੜਾ ਧਰਨਾਟ ਸ਼ੇਰ ਪੁੱਤ ਅੱਗੇ ਨੂੰ ਸੈੱਟ ਹੋਇਆ ਵਾ ਧਰਨਾਟ ਅਤੇ ਆਹ ਵੀ ਆ ਉਰਲੀ ਵੀ ਗੱਬਣਾ ਟੇਢੇ ਲੇ ਵਾਲੀ ਜਿਹਨੂੰ ਕਹਿ ਦਿੰਦੇ ਹਾਂ ਉਹ ਖੜੀ ਹੈ ਝੋਟੀ ਦਿੱਲੀ ਵਾਲੀ ਨਾਲ ਉਹ ਵੀ ਗੱਬਣਾ ਹਜੇ ਇਹਦੇ ਟੀਕਾ ਭਰਾਇਆ ਵਾ ਅਤੇ ਉਹ ਪਰਲੀ ਝੋਟੀ ਤਾਂ ਮੇਨ ਹੀ ਝੋਟੀ ਆ ਇਹ ਉਹ ਤਾਂ ਛੋਟੀ ਉਮਰ ਦੀ ਉਹਨੂੰ ਗੱਬਣ ਇੱਥੇ ਉਹਨੂੰ ਵੀ ਕਰਵਾ ਦਾਂਗੇ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਵਧੀਆ ਲੱਗੀ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ